ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਲਓ ਜੀ, ਅੱਜ ਆਪਾਂ ਬਾਲ ਲੰਮੇ ਕਰਨ ਵਾਲਾ ਜਿਹੜੇ ਦੋ ਚੀਜ਼ਾਂ ਨੂੰ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਕਿਹੜੇ ਦੋ ਚੀਜ਼ਾਂ ਨਾਲ ਬਾਲ ਲੰਮੇ ਹੁੰਦੇ ਨੇ। ਮਤਲਬ ਕਿ ਦੋ ਨੇ, ਇੱਕੋ ਹੀ ਚੀਜ਼ ਹੈ ਵੈਸੇ ਤਾਂ। ਆਹ ਜਿਹੜੇ ਆਪਾਂ ਚੌਲ ਨੇ, ਇਹ 2 ਘੰਟੇ ਹੋ ਗਏ ਨੇ ਇਹਨਾਂ ਨੂੰ ਭਿਉਂਤਿਆਂ ਨੂੰ, ਅਤੇ ਬਾਕੀ ਤੁਸੀਂ ਇਹਨੂੰ ਪੂਰੀ ਰਾਤ ਵੀ ਭਿਉਂ ਸਕਦੇ ਹੋ। ਸੁਬਾਹ ਤੁਸੀਂ ਆਪਣਾ ਹੇਅਰ ਵਾਸ਼ ਕਰ ਲਓ। ਮੈਂ 2 ਘੰਟੇ ਲਈ ਭਿਉਂਤੇ ਸੀ, 2 ਘੰਟੇ ਵੀ ਕਾਫੀ ਨੇ। ਅਤੇ ਉਸ ਤੋਂ ਬਾਅਦ ਆਪਾਂ ਬਸ ਅਗਲਾ ਦੱਸ ਦਿਓ ਤੁਹਾਨੂੰ ਇਹਦੇ ਵਿੱਚ ਕੀ ਕਰਨਾ। ਰਾਈਸ ਜਾਣੀ ਕਿ ਚੌਲ ਭਿਉਂਤੇ ਸੀ, ਇਸ ਤਰ੍ਹਾਂ ਇਹਦਾ ਪਾਣੀ ਹੋ ਗਿਆ। ਆਪਾਂ ਨੂੰ ਸਿਰਫ ਇਹਦਾ ਪਾਣੀ ਚਾਹੀਦਾ। ਇਸ ਤਰ੍ਹਾਂ ਆਪਾਂ ਇਹਦਾ ਪਾਣੀ ਹੈ ਜਿਹੜਾ ਕੱਢ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਬਸ ਇਹਦੇ ਵਿੱਚ ਕੁਛ ਨਹੀਂ ਕਰਨਾ। ਉਸ ਤੋਂ ਬਾਅਦ ਕੋਈ ਵੀ ਸ਼ੈਂਪੂ ਲਓ ਜੋ ਤੁਸੀਂ ਯੂਜ਼ ਕਰਦੇ ਹੋ। ਮੇਰੇ ਕੋਲ ਇਸ ਟਾਈਮ ਡੱਬ ਦਾ ਸੀਗਾ, ਕਈ ਦਿਨਾਂ ਤੋਂ ਮੈਂ ਡੱਬ ਦਾ ਹੀ ਸ਼ੈਂਪੂ ਜਿਹੜਾ ਵਰਤ ਰਹੀ ਹਾਂ। ਕੋਈ ਵੀ ਸ਼ੈਂਪੂ ਜੋ ਵੀ ਤੁਸੀਂ ਯੂਜ਼ ਕਰਦੇ ਹੋ, ਵਰਤਦੇ ਹੋ, ਉਹ ਸ਼ੈਂਪੂ ਦੀ 1-2 ਜਿੰਨੇ ਵੀ ਤੁਸੀਂ ਪੁੜੀਆਂ ਨਾਲ ਸਿਰ ਨਹਾਉਂਦੇ ਹੋ, ਅਤੇ ਉਨਾ ਹੀ ਇਹਦੇ ਵਿੱਚ ਪਾ ਕੇ ਇਹਨੂੰ ਮਿਕਸ ਕਰ ਲਓ ਇਸ ਤਰ੍ਹਾਂ। ਬਸ ਉਸ ਤੋਂ ਬਾਅਦ ਆਪਣਾ ਹੇਅਰ ਵਾਸ਼ ਕਰ ਲਓ, ਹੋਰ ਕੁਛ ਨਹੀਂ ਕਰਨਾ। ਇਹ ਉਹਨਾਂ ਲਈ ਆ ਜਿਨ੍ਹਾਂ ਨੇ ਵਾਲ ਆਪਣੇ ਲੰਮੇ ਕਰਨੇ ਨੇ, ਗਰੋਥ ਵਧਾਉਣੀ ਆ, ਅਤੇ ਸ਼ਾਈਨ ਵੀ ਪੈਂਦੀ ਇਹਦੇ ਨਾਲ। ਬਾਕੀ ਤੁਸੀਂ ਟਰਾਈ ਕਰੋਗੇ ਤਾਂ ਤੁਹਾਨੂੰ ਖੁਦ ਪਤਾ ਲੱਗ ਜੂਗਾ। ਚਲੋ ਜੀ, ਹੁਣ ਆਪਣਾ ਤੁਹਾਨੂੰ ਮੈਂ ਹੇਅਰ ਵਾਸ਼ ਕਰਕੇ ਦਿਖਾਉਣੀ ਆ। ਲਓ ਜੀ, ਪਹਿਲਾਂ ਮੈਂ ਲੱਗੀ ਸੀਗੀ ਆਪਣੇ ਬੇਟੇ ਲਈ ਸ਼ੇਕ ਬਣਾਉਣ ਇੱਥੇ, ਕਿਉਂਕਿ ਟਾਈਮ ਹੋ ਗਿਆ ਸੀ। ਮੈਂ ਵੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਸ਼ੇਕ ਡੇਲੀ ਦਾ ਜਿਹੜਾ ਸ਼ੁਰੂ ਕੀਤਾ ਹੋਇਆ ਪੀਣਾ, ਅਤੇ ਮੈਂ ਤਾਂ ਆਪਣੇ ਬਸ ਦੋਨਾਂ ਲਈ ਬਣਾ ਰਹੀ ਸੀ ਬੇਟੇ ਲਈ। ਉਸ ਤੋਂ ਬਾਅਦ ਫਿਰ ਦਿਖਾਉਣਾ ਹੇਅਰ ਵਾਸ਼ ਤੁਹਾਨੂੰ ਕਰਕੇ, ਅਤੇ ਬਾਕੀ ਤੁਹਾਨੂੰ ਖੁਦ ਪਤਾ ਲੱਗੂ ਜੀ। ਬਾਕੀ ਤੁਹਾਡੇ ਨਾਲ ਮੈਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਮ ਰੈਮੇਡੀਆਂ ਹੀ ਸ਼ੇਅਰ ਕਰਦੀ ਹਾਂ। ਕੋਈ ਜ਼ਿਆਦਾ ਮਹਿੰਗੀਆਂ ਨਹੀਂ ਹੁੰਦੀਆਂ, ਜ਼ਿਆਦਾ ਕੋਈ ਮਤਲਬ ਕਿ ਇਹ ਨਹੀਂ ਵੀ ਬਾਜ਼ਾਰੋਂ ਆਪਾਂ ਨੂੰ ਸਮਾਨ ਲੈ ਕੇ ਆਉਣਾ ਪਊਗਾ ਫਿਰ ਆਪਾਂ ਬਣਾਵਾਂਗੇ। ਆਪਣੇ ਕਿਚਨ ਦੇ ਵਿੱਚ ਜੋ ਸਮਾਨ ਹੁੰਦਾ ਉਹੀ ਚੀਜ਼ਾਂ ਤੋਂ ਬਣਦਾ, ਜੋ ਵੀ ਚਾਹੇ ਹੇਅਰ ਪੈਕ ਹੋ ਗਿਆ, ਚਾਹੇ ਕੁਛ ਵੀ ਜੋ ਵੀ ਮਤਲਬ ਕਿ ਇਸ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੋ, ਆਪਣੇ ਕਿਚਨ ਦੇ ਵਿੱਚ ਹੀ ਸਮਾਨ ਹੁੰਦਾ ਸਾਰਾ, ਹੈ ਨਾ। ਇਸ ਤਰ੍ਹਾਂ ਕਰਕੇ ਤੁਸੀਂ ਆਪ ਟਰਾਈ ਕਰੋਗੇ ਤਾਂ ਤੁਹਾਨੂੰ ਵੱਧ ਵਧੀਆ ਪਤਾ ਲੱਗ ਜੂਗਾ, ਹੈ ਨਾ। ਲਓ ਜੀ, ਸ਼ੇਕ ਬਣ ਕੇ ਤਿਆਰ ਆ। ਆ ਜਾਓ ਜੀ, ਪੀ ਲਓ ਤੁਸੀਂ ਵੀ। ਅਤੇ ਕਹਿੰਦੇ ਨੇ, ਇੱਕ ਭੈਣ ਦਾ ਨਾ ਕਮੈਂਟ ਆਇਆ ਸੀ, ਉਹ ਪੁੱਛਦੇ ਸੀ ਵੀ ਤੁਹਾਡੇ ਡੰਗਰ ਰੱਖੇ ਹੋਏ ਨੇ। ਵੈਸੇ ਤਾਂ ਮੈਂ ਉਹਨਾਂ ਨੂੰ ਰਿਪਲਾਈ ਦਿੱਤਾ ਸੀਗਾ, ਪਰ ਨਹੀਂ ਜੀ, ਇਹ ਡੰਗਰ ਸਾਡੇ ਗਵਾਂਢੀਆਂ ਦੇ ਨੇ, ਜੋ ਕਿ ਆਪਣਾ ਛੋਟਾ ਬੱਚਾ ਦੇਖਦੇ ਹੋ ਤੁਸੀਂ ਵੀਡੀਓ ਦੇ ਵਿੱਚ, ਹੈ ਨਾ। ਉਹਨਾਂ ਦੇ ਨੇ ਨਿਸ਼ਾਨ ਕੇ, ਸਾਡੇ ਵਿਹੜੇ ਦੇ ਵਿੱਚ ਹੀ ਗੇਟ ਰੱਖੇ ਹੋਏ ਜੀ, ਅਸੀਂ ਬਹੁਤ ਵਧੀਆ ਰਹਿੰਦੇ ਹਾਂ ਗਵਾਂਢੀ, ਹੈ ਨਾ। ਅਤੇ ਬਾਕੀ ਚਲੋ ਜੀ, ਇੱਥੇ ਸ਼ੇਕ ਪੀ ਕੇ ਹੁਣ ਆਪਾਂ ਹੇਅਰ ਵਾਸ਼ ਕਰਦੇ ਹਾਂ। ਸ਼ਾਮ ਦਾ ਟਾਈਮ ਸੀ, ਫਿਰ ਕੱਲ੍ਹ ਨੂੰ ਹੈਗਾ ਵੀਰਵਾਰ। ਲਓ ਜੀ, ਹੇਅਰ ਵਾਸ਼ ਕਰ ਲਿਆ, ਅਤੇ ਇੱਥੇ ਮੈਨੂੰ ਵਾਇਸ ਓਵਰ ਕਰਨਾ ਪੈ ਰਿਹਾ, ਕਿਉਂਕਿ ਇੱਥੇ ਸਾਡੇ ਨਜ਼ਦੀਕ ਆ ਜੀ, ਮੰਦਰ ਵੀ ਸਾਡੇ ਘਰ ਦੇ ਨਜ਼ਦੀਕ ਆ, ਮਸੀਤ ਵੀ ਸਾਡੇ ਘਰ ਦੇ ਨਜ਼ਦੀਕ ਆ, ਗੁਰਦੁਆਰਾ ਸਾਹਿਬ ਤਿੰਨੋਂ ਹੀ ਥੋੜ੍ਹਾ ਦੂਰ ਪੈਂਦੇ ਨੇ ਜੀ, 3 ਗੁਰਦੁਆਰਾ ਸਾਹਿਬ ਨੇ, 3 ਥੋੜ੍ਹੇ ਦੂਰ ਪੈਂਦੇ ਨੇ। ਇੱਥੇ ਮੰਦਰ ਦੇ ਵਿੱਚ ਨਾ ਮਤਲਬ ਕਿ ਲੱਗਿਆ ਹੋਇਆ ਸੀ, ਉਹ ਸ਼ਾਮ ਦੇ ਟਾਈਮ ਲਾਉਂਦੇ ਨੇ ਭੇਟਾ ਵਗੈਰਾ, ਉਹ ਤਾਂ ਕਰਕੇ ਬਹੁਤ ਜ਼ਿਆਦਾ ਆਵਾਜ਼ ਆ ਰਹੀ ਸੀ ਮਿਊਜ਼ਿਕ ਦੀ ਉਸਦੀ, ਹੈ ਨਾ, ਤਾਂ ਕਰਕੇ ਇੱਥੇ ਵਾਇਸ ਓਵਰ ਕਰ ਰਹੀ ਹਾਂ ਮੈਂ। ਅਤੇ ਬਾਕੀ ਹੇਅਰ ਵਾਸ਼ ਕਰ ਲਿਆ, ਬਾਕੀ ਤੁਸੀਂ ਖੁਦ ਟਰਾਈ ਕਰੋਗੇ ਨਾ ਤੁਹਾਨੂੰ ਪਤਾ ਲੱਗੂ, ਮਤਲਬ ਕਿ ਸ਼ਾਈਨ ਵੀ ਆਉਂਦੀ ਆ। ਇੱਕ ਤਾਂ ਹੁੰਦਾ ਵੀ ਬੰਦਾ, ਹੈ ਨਾ, ਜਦੋਂ ਤੁਸੀਂ ਖੁਦ ਟਰਾਈ ਕਰੋਗੇ ਤਾਂ ਤੁਸੀਂ ਮੈਨੂੰ ਖੁਦ ਕਹੋਗੇ ਵੀ ਹਾਂ ਦੀਦੀ ਬਹੁਤ ਫਰਕ ਪੈ ਗਿਆ।
ਕਿਉਂਕਿ ਜਦੋਂ ਆਪਾਂ ਚੀਜ਼ ਨੂੰ ਆਪ ਟਰਾਈ ਕਰਦੇ ਹਾਂ ਨਾ ਉਦੋਂ ਵੱਧ ਪਤਾ ਲੱਗਦਾ ਹੈ ਨਾ। ਹੁਣ ਤੁਹਾਨੂੰ ਇਹ ਲੱਗਦਾ ਹੋਊ ਦੀਦੀ ਪਤਾ ਨਹੀਂ ਵਿਊਜ਼ ਕਰਕੇ ਕਹਿੰਦੀ ਆ, ਵਿਊਜ਼ ਕਰਕੇ ਤਾਂ ਜਿਵੇਂ ਹੁਣ ਵਿਊਜ਼ ਲੈਣੇ ਹੁੰਦੇ ਤਾਂ ਹੈ ਨਾ ਮੈਂ ਬਹੁਤ ਕੁਛ ਪਾ ਦੇਣਾ ਸੀਗਾ, ਪਰ ਨਹੀਂ ਜੀ ਮੈਂ ਵਿਊਜ਼ ਕਰਕੇ ਕਦੇ ਵੀ ਕਿਸੇ ਨਾਲ ਕੋਈ ਗਲਤ ਚੀਜ਼ ਸ਼ੇਅਰ ਨਹੀਂ ਕਰਦੀ ਹੈਗੀ ਹੈ ਨਾ, ਕਿਉਂਕਿ ਮੈਨੂੰ ਖੁਦ ਨੂੰ ਮੈਂ ਪ੍ਰੋਬਲਮ ਆ ਨਾ, ਤਾਂ ਕਰਕੇ ਮੈਂ ਆਪਾਂ ਵਿਊਜ਼ ਦੇ ਚੱਕਰ 'ਚ ਨਹੀਂ ਪੈਂਦੇ ਹੈਗੇ। ਵਿਊਜ਼ ਬੇਸ਼ੱਕ ਨਾ ਆਈ ਆਉਣ, ਪਰ ਮੈਨੂੰ ਇਹ ਹੁੰਦਾ ਵੀ ਜੋ ਮੈਂ ਤੁਹਾਨੂੰ ਦੱਸਾਂ ਹੈ ਨਾ ਉਹ ਪੂਰਾ ਮਤਲਬ ਕਿ ਨੈਚੁਰਲ ਹੋਵੇ, ਵਧੀਆ ਤਰੀਕਾ ਉਹਦਾ ਮਤਲਬ ਕਿ ਵਧੀਆ ਆਪਾਂ ਨੂੰ ਹੈ ਨਾ ਫਾਇਦਾ ਹੁੰਦਾ ਹੋਵੇ, ਉਹ ਚੀਜ਼ਾਂ ਮੈਂ ਤੁਹਾਨੂੰ ਦੱਸਦੀ ਹਾਂ। ਬਾਕੀ ਤੁਸੀਂ ਟਰਾਈ ਕਰਿਓ, ਇਹਦੇ ਨਾਲ ਥੋੜ੍ਹੀ ਦੇਖੋ ਸ਼ਾਈਨ ਵੀ ਪੈਂਦੀ ਹੈ ਵਾਲਾਂ ਨੂੰ ਅਤੇ ਵਾਲ ਬਹੁਤ ਵਧੀਆ ਹੋ ਜਾਂਦੇ ਨੇ, ਬਾਕੀ ਲੈਂਥ ਤਾਂ ਇਹਦੇ ਨਾਲ ਵੱਧਦੀ ਹੈ। ਦੇਖੋ ਕਿੰਨੀ ਸਿਲਕੀ ਸ਼ਾਈਨ ਆ ਇਹਨਾਂ ਵਾਲਾਂ ਨੂੰ ਆਈ ਆ। ਇਹ ਮੈਂ ਤੁਹਾਨੂੰ ਐਂ ਨਹੀਂ ਕਹਿੰਦੀ ਵੀ ਕੋਈ ਮੈਂ ਵਿਊਜ਼ ਦੀ ਮਾਰੀ ਕਹਿ ਰਹੀ ਹਾਂ ਜਾਂ ਕਿਵੇਂ ਵੀ, ਪਰ ਤੁਸੀਂ ਆਪ ਟਰਾਈ ਕਰਕੇ ਦੇਖਿਓ, ਤੁਹਾਨੂੰ ਫਿਰ ਜ਼ਿਆਦਾ ਵਧੀਆ ਪਤਾ ਲੱਗੂਗਾ ਹੈ ਨਾ। ਤੁਸੀਂ ਆਪ ਜ਼ਰੂਰ ਟਰਾਈ ਕਰਿਓ, ਲਾ ਕੇ ਦੇਖਿਓ ਇਹਨੂੰ ਵੀ ਕਿਸ ਤਰ੍ਹਾਂ ਲੱਗਦਾ ਗਾ, ਤੁਹਾਨੂੰ ਕਿਸ ਤਰ੍ਹਾਂ ਲੱਗਿਆ, ਮਤਲਬ ਕਿ ਜ਼ਰੂਰ ਟਰਾਈ ਕਰਕੇ ਦੇਖਿਓ, ਫਿਰ ਮੈਨੂੰ ਦੱਸਿਓ ਕਮੈਂਟ ਕਰਕੇ ਨਾ। ਬਹੁਤ ਵਧੀਆ ਜਿਹੜਾ ਇੱਕ ਇਹ ਵਾਲਾਂ ਦੇ ਲਈ ਹੈਗਾ, ਮਤਲਬ ਜਿਵੇਂ ਕਿ ਆਪਾਂ ਇਹ ਹੋਮ ਰੈਮਿਡੀ ਹੈ ਨਾਲੇ ਹੈ ਨਾ, ਆਪਾਂ ਨੂੰ ਕੁਛ ਵੀ ਬਾਜ਼ਾਰੋਂ ਨਹੀਂ ਲੈਕਣਾ, ਸ਼ੈਂਪੂ ਤਾਂ ਦੇਖੋ ਆਪਾਂ ਕਰਦੇ ਹੀ ਹਾਂ ਵਾਲਾਂ ਨੂੰ, ਪਰ ਇਹ ਬਸ ਸੁਬਹਾ ਉੱਠਦੇ ਸਾਰ ਹੀ ਤੁਸੀਂ ਮਤਲਬ 2 ਘੰਟੇ ਜੇ ਭਿੱਜਿਆ ਰਹੂਗਾ ਇਹ ਜਿਹੜੇ ਚੌਲਣੇ ਪਾਣੀ 'ਚ ਭਿੱਜੇ ਰਹਿਣਗੇ ਉਹ ਵੀ ਕਾਫੀ ਨੇਗੇ। ਚਲੋ ਜੀ ਇੱਦਾਂ ਹੋ ਗਿਆ ਕੰਮ, ਕਿਉਂਕਿ ਭੈਣ ਦਾ ਇੱਕ ਦਾ ਕਮੈਂਟ ਆਇਆ ਹੋਇਆ ਸੀ ਨਾ, ਤਾਂ ਕਰਕੇ ਮੈਂ ਕਿਹਾ ਵੀ ਚੱਲ ਕੋਈ ਨਾ ਮੈਂ ਵੀਡੀਓ ਬਣਾ ਦਿੰਦੀ ਹਾਂ, ਕਿਉਂਕਿ ਕਈ ਵਾਰ ਟਾਈਮ ਨਹੀਂ ਹੁੰਦਾ ਜੀ, ਅੱਜ ਕੱਲ੍ਹ ਨੂੰ ਵੀਰਵਾਰ ਸੀਗਾ, ਤਾਂ ਕਰਕੇ ਫਿਰ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਵੀ ਹੁਣੇ ਆਪਾਂ ਹੈ ਨਾ ਬਣਾ ਦਿੰਦੇ ਨਹਾ ਲੈਂਦੇ ਨਾਲੇ ਕੱਲ੍ਹ ਨੂੰ ਫਿਰ ਉਹ ਆ। ਚਲੋ ਜੀ ਹੁਣ ਆਪਾਂ ਚੱਲਦੇ ਹਾਂ ਕਿਚਨ 'ਚ, ਸਬਜ਼ੀ ਨੂੰ ਤੜਕਾ ਲਾਉਣੇ, ਆਲੂ ਮੈਂ ਕੱਟਦੇ ਸੀਗੇ, ਪਿਆਜ਼ ਕੱਟਣੇ ਰਹਿ ਗਏ, ਆਲੂ ਬਣਾਵਾਂਗੇ ਸੁੱਕੇ। ਕੁਛ ਤਾਂ ਸਬਜ਼ੀ ਪਈ ਹੈ ਕਲੀਅਰ ਸਾਹਿਬ ਲਈ ਕੱਦੂਆਂ ਦੀ, ਮੈਂ ਤੇ ਪਿੰਦਰ ਖਾਵਾਂਗੇ ਸੁੱਕੇ ਆਲੂ, ਫਰਾਈ ਪੈਨ ਦੇ ਵਿੱਚ ਹੀ ਬਣਾਵਾਂਗੇ ਕਿਉਂਕਿ ਥੋੜ੍ਹੇ ਹੀ ਬਣਾ ਰਹੀ ਹਾਂ ਮੈਂ। ਜਿੰਨੇ ਟਾਈਮ ਦੇ ਵਿੱਚ ਇਹ ਗਰਮ ਹੁੰਦਾ ਆਪਾਂ ਹਰੀਆਂ ਮਿਰਚਾਂ ਕੱਟ ਲੈਂਦੇ ਹਾਂ, ਇੱਧਰ ਆਪਾਂ ਕੱਟ ਲੈਂਦੇ ਹਾਂ ਹਰੀਆਂ ਮਿਰਚਾਂ, ਕਿਉਂਕਿ ਇਹ ਬਿਲਕੁਲ ਕੌੜੀਆਂ ਨਹੀਂ ਹੈਗੀਆਂ, ਇਹ ਕੁਛ ਆਪਾਂ ਥੋੜ੍ਹੀਆਂ ਲੰਮੀਆਂ ਲੰਮੀਆਂ ਕੱਟਾਂਗੇ, ਕਿਉਂਕਿ ਇਹ ਆਲੂ ਦੀ ਸਬਜ਼ੀ ਜੇ ਟੇਸਟੀ ਲੱਗਦੀਆਂ ਨੇ ਇਸ ਤਰ੍ਹਾਂ। ਇਹ ਬਿਨਾ ਥੋੜ੍ਹੇ ਬੀਜ ਕੱਚੇ ਜਿਹੇ ਹੁੰਦੇ ਨੇ, ਇਹਨਾਂ ਦੇ ਪੌੜੀਆਂ ਤਾਂ ਇਹ ਘੱਟ ਹੀ ਹੁੰਦੀਆਂ ਨੇ। ਚਲੋ ਜੀ ਪਾਉਣੇ ਤੇਲ, ਤੇਲ ਥੋੜ੍ਹਾ ਜਿਹਾ, ਇਹ ਲੂਣ ਥੋੜ੍ਹਾ ਜਿਹਾ ਜ਼ਿਆਦਾ ਪੈਂਦਾ ਨੋਰਮਲ ਸਬਜ਼ੀ ਦੇ ਨਾਲੋਂ, ਇਹ ਜਿਹੜੀ ਸੁੱਕੀ ਸਬਜ਼ੀ ਹੁੰਦੀ ਹੈ ਇਹ ਥੋੜ੍ਹਾ ਜਿਹਾ ਤੇਲ ਜ਼ਿਆਦਾ ਪੈਂਦਾ। ਲਓ ਜੀ ਤੇਲ ਗਰਮ ਹੋ ਚੁੱਕਿਆ, ਇਹਦੇ ਵਿੱਚ ਪਾਇਆ ਆਪਾਂ ਜੀਰਾ। ਲਓ ਜੀ ਜੀਰਾ ਹੋ ਚੁੱਕਿਆ, 2-3 ਕਲੀਆਂ ਲਸਣ ਦੀਆਂ ਨੇ ਇਹਦੇ ਵਿੱਚ, ਅਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਹਰੀ ਮਿਰਚ, ਪਿਆਜ਼, you
ਲਓ ਜੀ ਪਿਆਜ਼ ਹਲਕੇ ਜਿਹੇ ਹੋ ਚੁੱਕੇ ਨੇ ਅਤੇ ਉਸ ਤੋਂ ਬਾਅਦ ਆਪਾਂ ਆਲੂ ਇਸ ਤਰ੍ਹਾਂ ਲੰਮੇ ਲੰਮੇ ਕੱਟ ਕੇ ਰੱਖੇ ਨੇ। ਚਾਹੋ ਤਾਂ ਤੁਸੀਂ ਇਹਦੇ ਵਿੱਚ ਟਮਾਟਰ ਐਡ ਕਰ ਸਕਦੇ ਹੋ, ਪਰ ਮੈਂ ਨਹੀਂ ਕੀਤੇ, ਬਾਅਦ 'ਚ ਵੀ ਕਰ ਸਕਦੇ ਤੁਸੀਂ ਉੱਪਰ ਦੀ। ਅਤੇ ਲਓ ਜੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਾਲ ਦੀ ਨਾਲ ਨਮਕ ਐਡ ਕਰ ਦਾਂਗੇ, ਹਲਦੀ ਅਤੇ ਜਿਹੜੀ ਮਿਰਚ ਆ ਜੀ ਰੈੱਡ ਮਿਰਚ ਉਹ ਆਪਾਂ ਬਾਅਦ ਦੇ ਵਿੱਚ ਜਦੋਂ ਪੱਕ ਗਏ ਨਾ ਆਲੂ ਫਿਰ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ। ਹੁਣ ਇਹਨੂੰ ਆਪਾਂ ਮਿਕਸ ਕਰਕੇ ਢੱਕ ਦੇਵਾਂਗੇ। ਲਓ ਲਓ ਜੀ ਹੁਣ ਆਪਾਂ ਬਾਹਰ ਦੀ ਚੱਕ ਤਰਜੀ ਕਰ ਦਿੰਦੇ ਹਾਂ। ਦੋ ਮੰਜਿਆਂ 'ਤੇ ਕਣਕ ਪਾਈ ਸੀ, ਕਣਕ ਆਪਾਂ ਝਾੜਨੇ ਦਾ ਨਾਲ ਦੁਬਾਰਾ ਛੰਡਤੀ ਸੀਗੀ ਕਿਉਂਕਿ ਇਹਦੇ ਵਿੱਚ ਗੁੱਲੀ ਡੰਡਾ ਜਿਹਾ ਰਹਿ ਜਾਂਦਾ, ਉਹ ਆਪਾਂ ਰੱਖਿਆ ਹੈ ਪੀਣਾ। ਹੁਣ ਹੁਣ ਆਪਣਾ ਆਟਾ ਪੀਸਿਆ ਜਾਊਗਾ, ਇਹ ਚੱਕ ਤਰ ਕਰ ਦਿੰਦੇ ਹਾਂ। ਥੋੜ੍ਹੀ ਮੋਟੀ ਹਲਕੀ ਜਿਹੀ ਕਸਰ ਹੋਊਗੀ ਜਿਹੜੀ ਉਹ ਬਸ ਆਪਾਂ ਦੋ ਚਾਰ ਘੰਟੇ ਨੂੰ ਹੋਰ ਸੇਕ ਲਾਵਾਂਗੇ ਉਦੋਂ ਪੱਕ ਜਾਣਗੇ। ਮਿਰਚ ਆਪਾਂ ਕੱਢਣ ਵਾਲੀ ਆ ਘੱਟ ਹੀ ਪਾਵਾਂਗੇ। ਆਹ ਹੈਗੀ ਆ ਰੈੱਡ ਜਿਹੜੀ ਦੇਗੀ ਮਿਰਚ ਹੁੰਦੀ ਆ ਉਹ ਇਹ ਸਬਜ਼ੀ ਮੈਨੂੰ ਬਹੁਤ ਟੇਸਟੀ ਲੱਗਦੀ ਹੈ। ਲਓ ਜੀ ਸਬਜ਼ੀ ਆਪਣੀ ਬਣ ਕੇ ਤਿਆਰ ਆ। ਲਓ ਜੀ ਸਬਜ਼ੀ ਆਪਾਂ ਬਣਾ ਤੀ, ਹੁਣ ਬੈਠ ਕੇ ਪੀਣੀ ਪਾਣੀ ਕਿਉਂਕਿ ਹਜੇ ਖਾਣਾ ਖਾਣ ਨੂੰ ਅੱਧਾ ਘੰਟਾ ਸਾਨੂੰ ਲੱਗ ਜੂਗਾ। ਅਤੇ ਫਿਰ ਰੋਟੀ ਨਾਲ ਨਹੀਂ ਮੈਂ ਪਾਣੀ ਪੀਂਦੀ ਹੁੰਦੀ, ਫਿਰ ਮੈਂ ਬਾਅਦ ਦੇ ਵਿੱਚ ਹੀ ਪੀਂਦੀ ਹੁੰਦੀ, ਅੱਧਾ ਘੰਟਾ 20 ਮਿੰਟ, ਅੱਧਾ ਘੰਟਾ ਕਈ ਵਾਰ ਘੰਟਾ ਵੀ ਹੋ ਜਾਂਦਾ, ਬਾਅਦ ਦੇ ਵਿੱਚ ਪਾਣੀ ਪੀਂਦੀ ਹੁੰਦੀ ਹੈਗੀ। ਚਲੋ ਜੀ ਹੁਣ ਬੈਠ ਕੇ ਪਾਣੀ ਪੀਂਦੀ ਹਾਂ, ਫਿਰ ਆ ਜਾਣ ਬਸ ਕਲੇਰ ਸਾਹਿਬ। ਉਸ ਤੋਂ ਬਾਅਦ ਫਿਰ ਬਸ ਫੁਲਕੇ ਫੁਲਕੇ ਰਹਿ ਗਏ ਉਹ ਬਣਾਉਣੇ। ਦਹੀਂ ਅੱਜ ਕਲੇਰ ਸਾਹਿਬ ਦੇ ਨਾ ਗਿੱਟਿਆਂ 'ਚ ਦਰਦ ਹੋਣ ਲੱਗ ਗਿਆ ਸੀ ਸ਼ਾਇਦ, ਝੂਰੀਆਂ ਵਗੈਰਾ, ਕਿਉਂਕਿ ਸ਼ਾਮ ਨੂੰ ਦਹੀਂ ਖਾ ਲੈਂਦੇ ਨੇ। ਵੈਸੇ ਤਾਂ ਚੱਲ ਜਾਂਦੀ ਸੀਗੀ ਪਰ ਮੈਨੂੰ ਇਹ ਸੀ ਵੀ ਕੀ ਪਤਾ ਹੈ ਨਾ ਦਹੀਂ ਕਰਕੇ ਹੋ ਗਿਆ ਹੋਵੇ ਵੀ ਆਪਾਂ ਸ਼ਾਮ ਦੇ ਟਾਈਮ ਖਾ ਲੈਂਦੇ ਹਾਂ। ਮੈਂ ਕਿਹਾ ਅੱਜ ਵੀ ਨਹੀਂ ਖਾਣੀ ਹੈਗੀ, ਬਸ ਸਿਰਫ ਫੁਲਕੇ ਫੁਲਕੇ ਬਣਾਵਾਂਗੇ। ਸਬਜ਼ੀ ਆ ਕੱਦੂ ਦੀ ਸਬਜ਼ੀ ਪਈ ਆ ਕਲੇਰ ਸਾਹਿਬ ਉਹਨਾਂ ਨਾਲ ਹੀ, ਉਹਦੇ ਨਾਲ ਹੀ ਖਾ ਲੈਣਗੇ ਸਬਜ਼ੀ ਨਾਲ। ਬਣਾਏ ਤਾਂ ਦੋ ਕੱਦੂ ਹੀ ਨੇ, ਉਹਨਾਂ ਨੇ ਖਾ ਸਕਦੇ ਪਰ ਕਹਿਣ ਦੇ ਵਿੱਚ ਕਈ ਵਾਰ ਹੋ ਜਾਂਦਾ। ਲਓ ਜੀ ਨੈਕਸਟ ਮੋਰਨਿੰਗ ਹੋ ਚੁੱਕੀ ਆ। ਇੱਥੇ ਪਹਿਲਾਂ ਮੈਂ ਸਭ ਤੋਂ ਉੱਠ ਕੇ ਲਾਈ ਮਸ਼ੀਨ, ਮਤਲਬ ਕਿ ਆਪਣਾ ਕੰਮ ਆ ਜਿਹੜਾ ਉਹ ਕਰਕੇ ਚਾਹ ਪਾਣੀ ਪੀ ਕੇ ਜਾਣੀ ਕਿ ਫਿਰ ਮਸ਼ੀਨ ਲਗਾ ਦਿੱਤੀ ਸੀਗੀ। ਉਸ ਤੋਂ ਬਾਅਦ ਇੱਥੇ ਲੱਗ ਗਈ ਸੀਗੀ ਮੈਂ, ਆਹ ਮੰਜਾ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ, ਇਹਦਾ ਉੱਪਰਲਾ ਜਿਹੜਾ ਕੱਪੜਾ ਗਾ ਉਤਾਰ ਕੇ ਹੁਣ ਡੇਗ ਦੇਣਾ ਕਿਉਂਕਿ ਇਹ ਬਹੁਤ ਜ਼ਿਆਦਾ ਗੰਦਾ ਹੋ ਗਿਆ ਹੈ ਨਾ। ਬਾਹਰ ਹੀ ਰਹਿੰਦਾ ਇਹ ਜ਼ਿਆਦਾਤਰ ਮੰਜਾ, ਮਤਲਬ ਕਿ ਇਸ ਤਰ੍ਹਾਂ ਵੀ ਕਣਕ ਕੁਣਕ ਦੇ ਕੰਮ ਆ ਜਾਂਦਾ ਹੈ ਨਾ। ਦੋ ਮੰਜੇ ਨੇ ਬਾਹਰ ਰੱਖੇ ਹੋਏ ਵੀ ਕਣਕ ਕੁਣਕ ਸੁੱਕਣੀ ਪਾਉਣ ਦੇ ਕੰਮ ਆ ਜਾਂਦੇ ਨੇ ਦੋਨੋਂ ਮੰਜੇ। ਪਰ ਹੁਣ ਸੋਚਦੀ ਹਾਂ ਵੀ ਹੁਣ ਥੋੜ੍ਹਾ ਜਿਹਾ ਬਾਰਿਸ਼ ਵਗੈਰਾ ਦਾ ਹੋਊਗਾ, ਦੇਖੋ ਹੈ ਨਾ ਗਰਮੀਆਂ ਦੇ ਵਿੱਚ ਜਿਵੇਂ ਕਿ ਬਾਰਿਸ਼ ਦਾ ਹੀ ਹੁੰਦਾ, ਜਾਂ ਫਿਰ ਅੱਜ ਕੱਲ੍ਹ ਹੁਣ ਤੂੜੀ ਦਾ ਸੀਜ਼ਨ ਚੱਲੂ ਹੈ ਨਾ, ਮਤਲਬ ਕਿ ਕਣਕ ਦੀ ਵਢਾਈ ਸ਼ੁਰੂ ਹੋ ਗਈ ਜਾਣੀ ਕਿ, ਫਿਰ ਉਹ ਹੋ ਜਾਂਦਾ ਵੀ ਗਰਦਾ ਵਗੈਰਾ ਹੁਣ ਕਾਫੀ ਡਿੱਗੂਗਾ। ਹੁਣ ਉਸ ਤੋਂ ਬਾਅਦ ਹੀ ਘਰ ਦੀ ਡੀਪ ਕਲੀਨਿੰਗ ਵੀ ਹੋਊਗੀ ਹੈ ਨਾ, ਜਦੋਂ ਮਤਲਬ ਕਿ ਆਪਣਾ ਨੀਰਾ ਵਗੈਰਾ ਸਮ ਗਿਆ ਨਾ ਉਸ ਤੋਂ ਬਾਅਦ ਘਰ ਦੀ ਡੀਪ ਕਲੀਨਿੰਗ ਵੀ ਕਰੂੰਗੀ। ਇਹ ਸੋਚਦੇ ਵੀ ਮੰਜੇ ਨੇ ਇਹਨੂੰ ਝਾੜ ਕੇ ਸਮਾਰ ਕੇ, ਵੈਸੇ ਤਾਂ ਧੋਣ ਦੀ ਸਲਾਹ ਕਰਦੀ ਸੀਗੀ
ਪਰ ਫਿਰ ਉਹੀ ਹੈ ਨਾ, ਮੈਨੂੰ ਇਹ ਹੋ ਗਿਆ ਵੀ ਚਲੋ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ, ਫਿਰ ਨਹੀਂ ਦੇਖਦੇ ਹਾਂ ਧੋ ਕੇ, ਅਤੇ ਦੁਬਾਰਾ ਜਿਹੜਾ ਸੋਹਣਾ ਕੋਈ ਕੱਪੜਾ ਦੇਖ ਕੇ ਉਹ ਲਾਊਂਗੀ, ਹੈ ਨਾ। ਕਾਫ਼ੀ ਗੰਦਾ ਹੋਇਆ ਪਿਆ ਸੀ, ਦੇਖਦੇ ਹਾਂ ਵੀ ਇੱਕ ਅੱਧੇ ਦਿਨ 'ਚ ਧੋਵਾਂਗੀ, ਕਿਉਂਕਿ ਹੁਣ ਹਵਾ ਕਰਕੇ ਨਾ ਥੋੜ੍ਹੀ ਜਿਹੀ ਰੀਨ ਜੀ ਉੜ ਆਉਂਦੀ ਆ, ਜਿਵੇਂ ਕਿ ਹੁਣ ਤੁਹਾਨੂੰ ਪਤਾ ਵੀ ਕਣਕਾਂ ਦੀ ਜਿਹੜੀ ਵਢਾਈ ਉਹ ਸ਼ੁਰੂ ਹੋ ਚੁੱਕੀ ਹੈ ਨਾ। ਚਲੋ ਪਰਮਾਤਮਾ ਕਰੇ ਵੀ ਹੁਣ ਮੀਂਹ ਤੋਂ ਹੈ ਨਾ ਆ ਨੁਕਸਾਨ ਹੋਣ ਤੋਂ ਬਚਤ ਰਹਿ ਜਾਵੇ, ਕਿਸੇ ਦੀ ਵੀ ਕਣਕ ਨੂੰ ਕੋਈ ਨੁਕਸਾਨ ਨਾ ਹੋਵੇ, ਪਰਮਾਤਮਾ ਸੁੱਖ ਸ਼ਾਂਤੀ ਦੇ ਨਾਲ ਆਪਣੇ ਘਰਾਂ ਦੇ ਵਿੱਚ ਕਣਕ ਜਿਹੜੀ ਆ ਜਾਵੇ, ਹੈ ਨਾ। ਦੇਖੋ ਸਾਲ 6 ਮਹੀਨਿਆਂ ਦੀ ਮਿਹਨਤ ਹੁੰਦੀ ਹੈ ਜੀ, ਹਾੜੀ ਸੋਹਣੀ ਆਪਾਂ ਆਸ ਹੁੰਦੀ ਆਪਾਂ ਨੂੰ ਵਿਆਹ ਕਰਾਂਗੇ ਆ ਕਰਾਂਗੇ, ਹੈ ਨਾ, ਪਰ ਪਰਮਾਤਮਾ ਕਰੇ ਸਭ ਦੀ ਮਿਹਨਤ ਆ ਜਿਹੜੀ, ਹੈ ਨਾ, ਪਰਮਾਤਮਾ ਪੱਲੇ ਪਾਵੇ, ਹੈ ਨਾ। ਚਲੋ ਜੀ, ਉਸ ਤੋਂ ਬਾਅਦ ਇੱਥੇ ਲੱਗ ਗਈ ਸੀਗੀ ਕੱਪੜੇ, ਮੈਂ ਸਾਰੇ ਧੋਤੇ ਸੀਗੇ, ਕੱਪੜੇ ਧੋ ਕੇ ਲੱਗ ਗਈ ਸੀਗੀ ਇਹਨਾਂ ਨੂੰ ਸੁੱਕਣੇ ਪਾਉਣ। 3 ਤਾਂ ਦੇਖ ਲਓ ਅੱਜ ਬੈੱਡ ਸ਼ੀਟਾਂ ਹੀ ਹੋ ਗਈਆਂ ਸੀਗੀਆਂ, ਅਤੇ ਮੈਂ ਕਿਹਾ ਚੱਲ ਕੋਈ ਨਾ ਵੀ ਅੱਜ ਸਵੇਰੇ, ਫਿਰ ਬਾਕੀ ਇਹ ਹੋ ਜਾਂਦਾ ਵੀ 10 ਵਜੇ ਤੱਕ ਜਿਹੜੇ ਕੱਪੜੇ ਚੱਕੇ ਜਾਣ ਮੈਂ ਜਲਦੀ ਉੱਠ ਕੇ ਵੀ ਪਾ ਦਿੰਦੀ, ਜਾਂ ਫਿਰ ਸ਼ਾਮ ਦਾ ਟਾਈਮ ਹੀ ਠੀਕ ਆ, ਹੈ ਨਾ। ਇਹ ਦੋਨਾਂ ਟਾਈਮਾਂ ਦੇ ਵਿੱਚੋਂ ਇੱਕ ਟਾਈਮ ਠੀਕ ਹੈ। ਇੱਕ ਭੈਣ ਦਾ ਕਮੈਂਟ ਆ ਹੋਇਆ ਸੀ ਮੈਂ ਮਸਾਲੇਦਾਨੀ ਨੂੰ ਲੈ ਕੇ, ਉਹ ਵੀ ਅੱਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਹੜੀ ਹੈਗੀ, ਉਹ ਮੈਂ ਲਿੰਕ ਵੀ ਦੇ ਦੂੰਗੀ, ਹੈ ਨਾ। ਅਤੇ ਭੈਣ ਦਾ ਅੱਜ ਕਮੈਂਟ ਹੈ, ਨਹੀਂ ਪਿਛਲੇ ਕਮੈਂਟ ਦੀ ਮੈਂ ਲਿੰਕ ਦੇ ਦੂੰਗੀ, ਬਾਕੀ ਤੁਹਾਨੂੰ ਦਿਉਂਗੀ ਰਿਵਿਊ ਕਿਸ ਤਰ੍ਹਾਂ ਦੀ ਆ, ਹੈ ਨਾ ਉਹ ਅੱਗੇ ਅੱਗੇ। ਅਤੇ ਆਪਾਂ ਪਹਿਲਾਂ ਕੱਪੜੇ ਸੁੱਕਣੇ ਪਾ ਲਈਏ ਬਾਹਰ ਦਾ, ਹੁਣ ਤੁਹਾਨੂੰ ਪਤਾ ਹੀ ਹੈ ਮੇਰਾ ਕੰਮ ਸਾਰਾ ਹੋਇਆ ਹੋਇਆ, ਵਾਸ਼ਰੂਮ ਵਗੈਰਾ ਵਿਹੜਾ ਸਾਰੀ ਸਫਾਈ ਹੋਈ ਹੋਈ ਹੈਗੀ, ਹੈ ਨਾ। ਅਤੇ ਆ ਲਓ ਜੀ, ਕੱਪੜੇ ਵੀ ਆਪਾਂ ਪਾ ਦਿੱਤੇ ਸੁੱਕਣੇ, ਹੁਣ ਆਪਾਂ ਖਾਣਾ ਬਣਾਉਂਦੇ ਹਾਂ, ਕਿਉਂਕਿ ਖਾਣੇ ਦਾ ਵੀ ਟਾਈਮ ਹੋਇਆ, ਭੁੱਖ ਵੀ ਲੱਗ ਰਹੀ ਆ। ਅਤੇ ਲਓ ਜੀ, ਇੱਥੇ ਲੱਗ ਗਈ ਸੀਗੀ ਮੈਂ ਚਟਣੀ ਰਗੜੀ ਸੀਗੀ ਅੱਜ, ਪਿਆਜ਼ ਹਰੀ ਮਿਰਚ ਪਾਈ ਸੀ ਇਹਦੇ ਵਿੱਚ, ਇਹਦੇ ਵਿੱਚ ਟਮਾਟਰ ਵੀ ਐਡ ਕੀਤੇ ਸੀ, ਇੱਕ ਦੋ ਕਲੀਆਂ ਸ਼ਾਇਦ ਲਸਣ ਦੀਆਂ ਵੀ ਪਾਈਆਂ ਸੀਗੀਆਂ ਮੈਂ, ਕਿਉਂਕਿ ਲਸਣ ਦੇ ਨਾਲ ਟੇਸਟੀ ਲੱਗਦੀ ਆ, ਹੈ ਨਾ। ਅਤੇ ਬਾਕੀ ਚਟਣੀ ਲਗਭਗ ਕੁੱਟੀ ਹੋ ਗਈ ਸੀਗੀ, ਫਿਰ ਮੈਨੂੰ ਇਹ ਹੋ ਗਿਆ, ਮੈਂ ਕਿਹਾ ਚਲੋ ਕੁੰਡੇ ਜਿਹਾ, ਬਾਕੀ ਚਟਣੀ ਹੈ ਨਾ ਜਿਹੜੀ ਉਹ ਕੁੰਡੇ ਦੀ ਉਹ ਵਧੀਆ ਲੱਗਦੀ ਹੈਗੀ, ਮਤਲਬ ਕਿ ਉਹ ਜਿਹੜੀ ਆਪਾਂ ਮਿਕਸੀ ਵਗੈਰਾ 'ਚ ਕੁੱਟ ਲੈਂਦੇ ਹਾਂ, ਪਰ ਇੱਕ ਐਂ ਵੀ ਆਪਣਾ ਕੰਮ ਸੁਖਾਲਾ ਹੋ ਜਾਂਦਾ, ਪਰ ਚਟਣੀ ਹੈ ਜਿਹੜੀ ਉਹ ਕੁੰਡੇ ਸੋਟੇ ਦੀ ਹੀ ਵਧੀਆ ਲੱਗਦੀ ਆ, ਹੈ ਨਾ। ਜ਼ਿਆਦਾਤਰ ਤਾਂ ਮੈਂ ਇੱਥੇ ਕੁੰਡੇ ਸੋਟੇ 'ਚ ਕੁੱਟਦੀ ਹਾਂ, ਸ਼ਾਇਦ ਹੀ 2-4 ਵਾਰ ਬਣਾਈ ਹੋਊਗੀ ਮਿਕਸੀ ਵਗੈਰਾ ਦੇ ਵਿੱਚ ਤਾਂ। ਅਤੇ ਚਲੋ ਜੀ, ਚਟਣੀ ਆਪਣੀ ਹੋ ਗਈ ਆ, ਹੁਣ ਇਹਨੂੰ ਆਪਾਂ ਲਾਉਂਦੇ ਹਾਂ ਤੜਕਾ। ਅੱਜ ਆਪਾਂ ਬਣਾਵਾਂਗੇ ਪਾਣੀ ਹੱਥ ਦੀਆਂ ਰੋਟੀਆਂ, ਚਟਣੀ ਅਤੇ ਲੱਸੀ, ਹੈ ਨਾ। ਅੱਜ ਸਵੇਰੇ ਸਵੇਰੇ ਖਾਣ ਦਾ ਮਜ਼ਾ ਆ ਜਾਣਾ ਖਾਣਾ, ਹੈ ਨਾ। ਆਪਾਂ ਲਾਉਣੇ ਚਟਣੀ ਤੜਕਾ। ਲਓ ਜੀ, ਇਹਦੇ ਵਿੱਚ ਆਪਾਂ ਪਾਵਾਂਗੇ ਦੇਸੀ ਘੀ, ਸਤਿ ਸ਼੍ਰੀ ਅਕਾਲ।
ਲਓ ਜੀ, ਚਟਨੀ ਨੂੰ ਵੀ ਮੈਂ ਤੜਕਾ ਲਾ ਲਿਆ ਸੀਗਾ ਅਤੇ ਇੱਥੇ ਲੱਗ ਗਈ ਸੀਗੀ ਮੈਂ ਪਾਣੀ ਹੱਥ ਦੀਆਂ ਰੋਟੀਆਂ ਬਣਾਉਣ। ਅੱਜ ਤਾਂ ਕਾਫੀ ਟਾਈਮ ਬਾਅਦ ਬਣੀਆਂ ਨੇ, ਮਨ ਕੀਤਾ ਵੀ ਚਟਨੀ ਹੈ, ਚਟਨੀ ਦੇ ਨਾਲ ਇੱਕਦਮ ਤੋਂ ਹੀ ਮੇਰੇ ਮਤਲਬ ਦਿਮਾਗ ਦੇ ਵਿੱਚ ਆਇਆ ਵੀ ਚਟਨੀਆਂ ਤਾਂ ਮੈਂ ਪਾਣੀ ਹੱਥ ਦੀਆਂ ਜਿਹੜੀਆਂ ਰੋਟੀਆਂ ਬਣਾਵਾਂ, ਹੈ ਨਾ। ਅਤੇ ਬਾਕੀ ਚਲੋ ਜੀ ਅੱਗੇ ਤੁਹਾਨੂੰ ਆਪਾਂ ਮਸਾਲੇਦਾਨੀ ਪਈਏ। ਮੇਰੀ ਪਲੇਟ ਲੱਗ ਚੁੱਕੀ ਆ ਪਾਣੀ ਹੱਥ ਦੀਆਂ ਰੋਟੀਆਂ, ਚਟਨੀ ਇਹ ਵੀ ਚਟਨੀ ਬਣਾਈ ਹੈ ਮੈਂ, ਪਿਆਜ, ਹਰੀ ਮਿਰਚ, ਲਾਲ ਟਮਾਟਰ, ਇੱਕ ਦੋ ਕਲੀਆਂ ਲਸਣ ਦੀਆਂ ਵੀ ਪਾਲੀਆਂ ਸੀਗੀਆਂ ਇਹਦੇ ਵਿੱਚ, ਹੈ ਨਾ। ਇਹ ਚਟਨੀ ਇਸ ਤਰ੍ਹਾਂ ਬਣਾਈ ਹੈ, ਕੁੰਡੇ ਦੇ ਵਿੱਚ ਆਪਾਂ ਕੁੱਟੀ ਆ ਅਤੇ ਰਾਤ ਵਾਲੀ ਸਬਜ਼ੀ ਲੈ ਲਈ, ਨਾਲ ਲੈ ਲਈ ਲੱਸੀ। ਚਲੋ ਜੀ ਹੁਣ ਬੈਠ ਕੇ ਖਾਂਦੇ ਹਾਂ ਖਾਣਾ, ਫਿਰ ਮਿਲਦੇ ਹਾਂ ਤੁਹਾਨੂੰ। ਲਓ ਜੀ ਆਪਾਂ ਤੁਹਾਨੂੰ ਮਸਾਲੇਦਾਨੀ ਦਿਖਾ ਦਿੰਦੇ ਹਾਂ। ਇੱਕ ਭੈਣ ਦਾ ਕਮੈਂਟ ਆਇਆ ਸੀ, ਉਹ ਕਹਿੰਦੇ ਵੀ ਬਾਹਰ ਭੇਜਣੀ ਆ, ਵੀ ਜ਼ਰੂਰ ਦੱਸਿਓ ਉਹਦੇ ਬਾਰੇ। ਲਓ ਜੀ ਬਾਕੀ ਤਾਂ ਇਹ ਬਹੁਤ ਵਧੀਆ ਹੈਗੀ, ਸਟੇਨਲੈਸ ਸਟੀਲ ਹੈਗੀ ਇਹ। ਭੈਣ ਨੇ ਪੁੱਛਿਆ ਸੀ ਵੀ ਕਿਹੜੀ ਮਤਲਬ ਕਿਸ ਚੀਜ਼ ਦੀ ਬਣੀ ਹੋਈ ਹੈ, ਉਹ ਵੀ ਦੱਸਿਓ। ਸਟੇਨਲੈਸ ਸਟੀਲ ਦੀ ਹੈ ਦੀਦੀ, ਬਾਕੀ ਬਹੁਤ ਸੋਹਣੀ ਇਹਦੇ ਨਾਲ ਆਹ ਪਿੱਤਲ ਦਾ ਚਮਚ ਵੀ ਦਿੱਤਾ ਹੋਇਆ ਗਾ, ਆਹ ਦੇਖੋ ਜੋ ਕਿ ਬਹੁਤ ਸੋਹਣਾ ਗਾ ਚਮਚ, ਅਤੇ ਉੱਪਰਾ ਮੋਰਨੀ ਬਣੀ ਹੋਈ ਆ। ਬਾਕੀ ਤੁਹਾਨੂੰ ਮੈਂ ਲਿੰਕ ਸੈਂਡ ਕਰ ਦੂੰਗੀ, ਤੁਸੀਂ ਉੱਥੇ ਜਾ ਕੇ ਹੋਰ ਵੀ ਦੇਖ ਸਕਦੇ ਹੋ। ਆਹ ਨੀਚੇ ਦੇ ਇੱਕ ਰਬੜ ਟਾਈਪ ਦਾ ਹੀ ਆ, ਮਤਲਬ ਕਿ ਖਿਸਕਦੀ ਨਹੀਂ ਹੈਗੀ, ਵੀ ਇੱਧਰੋਂ ਉੱਧਰੋਂ ਹੋ ਜੂਗੀ, ਬਿਲਕੁਲ ਨਹੀਂ ਖਿਸਕਦੀ ਹੈਗੀ। ਆਹ ਚਮਚ ਵੀ ਬਹੁਤ ਸੋਹਣਾ ਗਾ, ਅਤੇ ਆਹ ਉੱਪਰ ਦੇਖੋ ਮੋਰਨੀ ਬਣੀ ਹੋਈ ਹੈਗੀ, ਇਹ ਵੀ ਬਹੁਤ ਸੋਹਣੀ ਲੱਗਦੀ ਹੈਗੀ, ਹੈ ਨਾ। ਆਹ ਦੇਖੋ ਇਸ ਤਰ੍ਹਾਂ ਵੀ ਸੋਹਣੀ ਲੱਗਦੀ ਹੈਗੀ। ਫਿਰ ਮੈਂ ਕਿਹਾ ਚਲੋ ਬਾਕੀ ਇਹ ਮੈਂ ਸਾਫ਼ ਕਰਕੇ ਰੱਖੀ ਹੋਈ ਹੈਗੀ, ਕਾਫੀ ਇਹਦੇ ਵਿੱਚ ਕਲਰ ਵੀ ਨੇਗੇ, ਹੋਰ ਵੀ ਮਿਲ ਜਾਣਗੇ ਤੁਹਾਨੂੰ। ਮੈਂ ਲਿੰਕ ਤੁਹਾਨੂੰ ਇਹਦਾ ਸੈਂਡ ਕਰ ਦੂੰਗੀ, ਤੁਸੀਂ ਉੱਥੇ ਜਾ ਕੇ ਰਿਸਰਚ ਕਰ ਲੈਣਾ, ਹੋਰ ਵੀ ਮਿਲ ਜਾਣਗੇ ਤੁਹਾਨੂੰ। ਮੈਂ ਮੀਸ਼ੋ ਤੋਂ ਮੰਗਵਾਈ ਹੈ ਇਹ, ਬਾਕੀ ਬਹੁਤ ਵਧੀਆ ਹੈ ਜੀ, ਮਤਲਬ ਕਿ ਮੈਂ ਹੁਣ ਮੈਨੂੰ ਕਾਫੀ ਮਹੀਨੇ ਹੋ ਗਏ ਇਹਨੂੰ ਵਰਤਦੀ ਨੂੰ, ਪਰ ਬਹੁਤ ਵਧੀਆ ਹੈਗੀ, ਹੈ ਨਾ। ਮੈਂ ਵਾਸ਼ ਵੀ ਕਰਦੀ ਰਹਿੰਦੀ ਹਾਂ, ਪਰ ਪੇਂਟ ਵਗੈਰਾ ਵੀ ਨਹੀਂ ਉਤਰਦਾ ਹੈਗਾ। ਬਹੁਤ ਵਧੀਆ ਚੀਜ਼ ਹੈਗੀ, ਹੈ ਨਾ, ਤੁਸੀਂ ਲੈ ਸਕਦੇ ਹੋ, ਇਹਨੂੰ ਬੇਝਿਜਕ ਲੈ ਸਕਦੇ ਹੋ, ਬਹੁਤ ਵਧੀਆ ਚੀਜ਼ ਆ। ਬਾਕੀ ਰੱਖੀ ਹੋਈ ਵੀ ਬਹੁਤ ਸੋਹਣੀ ਲੱਗਦੀ ਮੈਨੂੰ, ਮਤਲਬ ਕਿ ਮੈਂ ਇਹ ਨਹੀਂ ਦੇਖੀ ਸੀ ਵੀ ਕਿਵੇਂ ਆਇਰਨ ਦੀ ਆ, ਕਿਵੇਂ ਆ, ਹੈ ਨਾ ਇਹ, ਪਰ ਮੈਨੂੰ ਇਹ ਸੋਹਣੀ ਲੱਗੀ ਸੀ ਜੀ, ਇਹ ਮੋਰਨੀ ਬਣੀ। ਬਾਕੀ ਇਹਦਾ ਪ੍ਰਿੰਟ ਵਗੈਰਾ ਜਿਹੜਾ ਆ ਦੇਖੋ, ਹੈ ਨਾ, ਨੀਚੇ ਵਾਲੀ ਸਾਈਡ ਵਾਲਾ ਜਾਂ ਉੱਪਰ ਵਾਲਾ, ਹੈ ਨਾ, ਪ੍ਰਿੰਟ ਵੀ ਬਹੁਤ ਸੋਹਣਾ। ਚਲੋ ਜੀ ਫਿਰ ਮਿਲਦੇ ਹਾਂ ਕੱਲ੍ਹ ਨੂੰ ਨਵੇਂ ਬਲੌਗ ਦੇ ਨਾਲ, ਬਾਏ ਬਾਏ।